सब्सक्राइब करें हमारा ऑफिशियल यूट्यूब चैनल और बेल आइकन दबा कर पाएं सभी नोटिफिकेशन। वहीं शिक्षा मंत्री विजयेंद्र सिंगला ने भी अपने विभाग का रिपोर्ट कार्ड पेश किया, जिसके बाद उन्होंने MH1 प्राइम से खास बातचीत की। ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋ ਗਏ ਨੇ ਸਾਡੇ ਨਾਲ ਸਿੱਖਿਆ ਮੰਤਰੀ ਨੇ ਵਜਿੰਦਰ ਸਿੰਗਲਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ 3 ਸਾਲ ਅੱਜ ਪੂਰੇ ਹੋ ਗਏ ਸਰਕਾਰ ਦੇ ਕਿੱਦਾਂ ਮੰਨਦੇ 3 ਸਾਲਾਂ ਇਨੀ ਬੜੀ ਖੁਸ਼ੀ ਦੀ ਲਹਿਰ ਹੈ ਔਰ ਜਿਹੜੇ ਜਿਹੜੇ ਵਾਅਦੇ ਅਸੀਂ ਲੋਕਾਂ ਦੇ ਨਾਲ 3 ਸਾਲ ਪਹਿਲਾਂ ਕੀਤੇ ਸੀ ਉਸ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਸਰਕਾਰ ਮਿਹਨਤ ਕਰ ਰਹੀ ਹੈ ਕੰਮ ਕਰ ਰਹੀ ਹੈ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਅਸੀਂ ਕੰਮ ਕੀਤਾ ਔਰ ਬਹੁਤ ਜਿਹੜਾ ਕੰਮ ਕੋਈ ਚੱਲ ਰਿਹਾ ਜਾਂ ਅਧੂਰਾ ਹੈ ਉਹ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਉਹਨੂੰ ਪੂਰਾ ਕਰਾਂਗੇ ਤਾਂ ਕਿ 2022 ਤੱਕ ਜੋ ਸਾਡਾ 5 ਸਾਲ ਦਾ ਟਨਿਓਰ ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਦਿੱਤਾ ਹੈ ਉਸ ਵਿੱਚ ਆਪਣੇ ਚੋਰ ਮੈਨੀਫੈਸਟੋ ਵਿੱਚ ਕੀਤੇ ਹੋਏ ਵਾਅਦੇ ਨੂੰ ਅਸੀਂ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰੀਏ। ਤੁਹਾਡੇ ਵਿਭਾਗ ਦੀ ਗੱਲ ਕਰੀਏ, ਸਿੱਖਿਆ ਵਿਭਾਗ ਦੀ ਗੱਲ ਕਰੀਏ, PWD ਦੀ ਗੱਲ ਕਰੀਏ, ਕਿਸ ਤਰ੍ਹਾਂ ਦੇ ਮੁੱਖ ਕਾਰਜ ਜਿਹੜੇ ਅੱਗੇ ਕਰਨ ਵਾਲੇ ਨੇ? ਦੇਖੋ, ਜਿੱਥੇ ਤੱਕ ਸਿੱਖਿਆ ਦੀ ਗੱਲ ਹੈ, ਵੱਡੀਆਂ ਵੱਡੇ ਫੈਸਲੇ ਵੱਡਾ ਕੰਮ ਇਸ ਮਹਿਕਮੇ 'ਚ ਹੋਇਆ। ਇਹੀ ਕਾਰਨ ਹੈ ਕਿ ਅੱਜ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਬੱਚੇ CBSE ICSE ਬੋਰਡ 'ਚ ਪੜ੍ਹ ਰਹੇ ਸੀ ਉਹ ਬੱਚੇ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਆ ਰਹੇ ਹਨ। ਜੇ ਪਿਛਲੇ ਸਾਲ ਦੇ 10ਵੀਂ ਅਤੇ 12ਵੀਂ ਦੇ ਰਿਜ਼ਲਟ ਦੇਖੋਗੇ ਉਹਦੇ ਵਿੱਚ ਵੀ 10ਵੀਂ ਕਲਾਸ ਦੇ ਵਿੱਚ ਅਪਰੋਕਸੀਮੇਟਲੀ 8.5-9% ਦਾ ਇਜਾਫਾ ਹੋਇਆ ਰਿਜ਼ਲਟ ਦੇ ਵਿੱਚ ਐਜ਼ ਕੰਪੇਅਰ ਟੂ ਪ੍ਰਾਈਵੇਟ ਸਕੂਲਸ। ਅਤੇ ਜੇ 12ਵੀਂ ਦੇ ਰਿਜ਼ਲਟ ਦੇਖੋਗੇ ਤਾਂ ਅਪਰੋਕਸੀਮੇਟਲੀ 4.5% ਦਾ ਉਹਦੇ ਸਾਡੇ ਵੱਧ ਇਜਾਫਾ ਹੋਇਆ। ਤਾਂ ਮੈਂ ਸਮਝਦਾ ਕਿ ਇਹ ਸਾਰੇ ਪੈਰਾਮੀਟਰਸ ਹੈ, ਚਾਹੇ ਅਸੀਂ ਐਜੂਕੇਸ਼ਨ ਐਡਮਿਨਿਸਟ੍ਰੇਟਰਸ ਦੀ ਭਰਤੀ ਕੀਤੀ ਹੈ, ਚਾਹੇ ਅਸੀਂ PPSC ਨੂੰ ਇਨਵੋਲਵ ਕਰਕੇ ਮੈਰਿਟ ਨੂੰ ਕੰਪਰੋਮਾਈਜ਼ ਨਹੀਂ ਹੋਣ ਦਿੱਤਾ। ਅਤੇ ਜੇ ਅਸੀਂ ਸਾਰੇ ਇਸ ਪੈਰਾਮੀਟਰ 'ਤੇ ਕੰਮ ਕਰਾਂਗੇ ਤਾਂ ਹੀ ਅਸੀਂ ਆਪਣੇ ਪੰਜਾਬ ਦੇ ਭਵਿੱਖ ਨੂੰ ਜੋ ਸਾਡੇ ਬੱਚੇ ਹੈ ਉਹਨਾਂ ਨੂੰ ਅੱਗੇ ਲੈ ਕੇ ਜਾ ਸਕਾਂਗੇ। ਚਾਹੇ ਪ੍ਰੀ ਪ੍ਰਾਇਮਰੀ ਕਲਾਸਿਸ ਵਾਲਾ ਫੈਸਲਾ ਹੋਇਆ, ਚਾਹੇ ਟੀਚਰ ਟ੍ਰਾਂਸਫਰ ਪਾਲਿਸੀ ਦੀ ਗੱਲ ਆਈ ਜਿਹਦੇ ਨਾਲ ਅਸੀਂ ਟੀਚਰ ਦੀ ਜਿਹੜੀ ਟ੍ਰਾਂਸਫਰ ਹੈ ਉਸ ਨੂੰ ਉਸਦੀ ਪਰਫੋਰਮੈਂਸ ਅਤੇ ਬੱਚਿਆਂ ਦੇ ਰਿਜ਼ਲਟ ਨਾਲ ਕਨੈਕਟ ਕੀਤਾ ਹੈ। ਐਂਡ ਰਾਦਰ ਪੰਜਾਬ ਇਜ਼ ਦੀ ਓਨਲੀ ਸਟੇਟ ਜਿਹਨੇ ਆਹ ਕੰਮ ਕੀਤਾ। ਸੜਕਾਂ ਦੀ ਗੱਲ ਕਰੀਏ, ਬੁਨਿਆਦੀ ਢਾਂਚੇ ਦੀ ਗੱਲ ਕਰੀਏ, ਤਾਂ ਕਿਹੜੇ ਨਵੇਂ ਐਲਾਨ ਕੀਤੇ ਗਏ ਨੇ ਵੱਡੇ? ਨਹੀਂ, ਨਵੇਂ ਐਲਾਨਾਂ ਦੀ ਗੱਲ ਨਹੀਂ, ਇੱਕ ਰੈਗੂਲਰ ਪ੍ਰੋਸੈਸ ਹੈ। ਪਿਛਲੇ 2 ਸਾਲਾਂ ਵਿੱਚ ਜਿਹੜੀਆਂ ਸੜਕਾਂ ਦੀ ਮਿਆਦ 6 ਸਾਲ ਹੁੰਦੀ ਸੀ, ਪਿਛਲੇ 2 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ 29,000 ਕਿਲੋਮੀਟਰ ਸੜਕ ਰੂਰਲ ਲਿੰਕ ਰੋਡ ਨੂੰ ਅਪਗ੍ਰੇਡ ਕੀਤਾ, ਜਿਹਦਾ ਕੰਮ 30/6/2020 ਤੱਕ ਮੁਕੰਮਲ ਹੋ ਜੂਗਾ ਔਰ ਉਸ ਦੇ ਉੱਪਰ ਅੰਦਾਜ਼ਨ 3260 ਕਰੋੜ ਰੁਪਏ ਖਰਚ ਹੋਇਆ। ਔਰ ਇਸ ਤੋਂ ਇਲਾਵਾ ਜਿਹੜੀਆਂ ਸੜਕਾਂ 2014 'ਚ ਅਪਗ੍ਰੇਡ ਹੋਈਆਂ ਸੀਗੀਆਂ ਅੱਜ 2020 ਆ ਗਿਆ, ਆਉਣ ਵਾਲਾ ਸਾਲ 30/6 ਤੋਂ ਬਾਅਦ ਉਹਦੇ ਵਾਸਤੇ ਅਸੀਂ 800 ਕਰੋੜ ਰੁਪਏ ਮੁਹੱਈਆ ਕਰਾਇਆ ਔਰ 6,500 ਕਿਲੋਮੀਟਰ ਸੜਕ ਅਸੀਂ ਜਿਹੜੀ 2014 ਵਿੱਚ ਅਪਗ੍ਰੇਡ ਹੋਈ ਸੀ ਉਹਨੂੰ ਜਿਹੜੀ ਡਿਊ ਹੋਈ ਹੈ ਅਸੀਂ ਉਹਦੇ ਵਿੱਚ ਕੰਮ ਕਰ ਰਹੇ ਹਾਂ। ਤੋ ਇਸ ਕਰਕੇ ਇਹ ਸਾਡਾ ਪਲੈਨ ਹੈ ਜਿਸ ਦੇ ਨਾਲ ਅਸੀਂ ਰੋਡ ਇਨਫਰਾਸਟ੍ਰਕਚਰ ਨੂੰ, ਚਾਹੇ ਉਹ ਪਲੈਨ ਰੋਡਸ ਦੀ ਗੱਲ ਹੈ, ROBs ਦੀ ਗੱਲ ਹੈ, RUBs ਦੀ ਗੱਲ ਹੈ, 29 ਲੋਕੇਸ਼ਨਾਂ ਦੇ ਉੱਪਰ ਅਸੀਂ ਅੱਜ 433 ਕਰੋੜ ਰੁਪਏ ਖਰਚ ਕਰਕੇ ਇਸ ਬੋਟਲਨੈਕਸ ਨੂੰ ਦੂਰ ਕਰ ਰਹੇ ਹਾਂ ਤਾਂ ਕਿ ਜਿਹੜੇ ਬੱਚੇ ਹੈ, ਜਿਹੜੇ ਲੋਕ ਹੈ, ਉਹਨਾਂ ਨੂੰ ਫਾਇਦਾ ਹੋ ਸਕੇ। ਸੋ ਸੜਕਾਂ ਦੇ ਇਨਫਰਾਸਟ੍ਰਕਚਰ ਨੂੰ ਲੈ ਕੇ ਵੀ ਵੱਡੇ ਕੰਮ ਜਿਹੜੇ ਹੈ ਸਰਕਾਰ ਵੱਲੋਂ ਕੀਤੇ ਗਏ ਨੇ। ਇਸ ਤੋਂ ਇਲਾਵਾ ਅਗਰ ਸਕੂਲੀ ਸਿੱਖਿਆ ਦੀ ਗੱਲ ਕੀਤੀ ਜਾਏ ਤਾਂ ਉਹਦਾ ਪੱਧਰ ਉੱਚਾ ਚੱਕਣ ਵਾਸਤੇ ਵੀ ਜਿਹੜੇ ਹੈ ਸਰਕਾਰ ਵੱਲੋਂ ਕੰਮ ਕੀਤੇ ਗਏ ਨੇ, ਇਹ ਕਹਿਣਾ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦਾ। ਕੈਮਰਾਮੈਨ ਆਦਿੱਤਿਆ ਪਾਂਡੇ ਨਾਲ ਦੀਪਕ ਸ਼ਰਮਾ, MH1 ਨਿਊਜ਼, ਚੰਡੀਗੜ੍ਹ।